ਤਾਂ ਵਾਹਿਗੁਰੂ ਜੀ ਕੀ ਫਤਿਹ। ਇਹ ਅਸੀਂ ਅੱਜ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਖੁਸਈ ਦੇ ਨਾਲ ਬੈਠੇ ਹਾਂ ਜੋ ਕਿ ਸਤਿਕਾਰ ਕਮੇਟੀ ਦੇ ਪ੍ਰਧਾਨ ਆਗੂ ਨੇ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਜੋ 6 ਜੂਨ ਨੂੰ ਅੱਤਵਾਦ ਦਾ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਉਸ ਬਾਰੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ। ਭਾਈ ਸਾਹਿਬ ਜੀ, ਜੇ ਉਹ 6 ਜੂਨ ਨੂੰ ਪੁਤਲਾ ਫੂਕਿਆ ਜਾ ਰਿਹਾ ਉਸ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਉਸਦੇ ਸੰਬੰਧ 'ਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਜਿਹੜੇ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ, ਹਿੰਦੂ ਧਰਮ ਨੂੰ, ਸਨਾਤਨ ਧਰਮ ਨੂੰ ਬਦਨਾਮ ਕਰ ਰਹੇ ਨੇ। ਹਿੰਦੂ ਸਿੱਖ ਭਾਈਚਾਰੇ ਦੀ ਕਦੇ ਅੱਜ ਤੱਕ ਨਫ਼ਰਤ ਨਹੀਂ ਹੋਈ, ਭਾਵੇਂ ਕਿੰਨੇ ਤੋਂ ਮਾੜਾ ਦੌਰ ਰਿਹਾ ਪੰਜਾਬ ਵਿੱਚ, ਪਰ ਫਿਰਕੂ ਲੋਕਾਂ ਵੱਲੋਂ ਜਿਹੜੇ ਅੱਤਵਾਦ ਦਾ ਪੁਤਲਾ ਫੂਕਣ ਦੀ ਗੱਲ ਕਹਿ ਰਹੇ ਨੇ, ਉਹ ਖੁਦ ਅੱਤਵਾਦ ਫੈਲਾ ਰਹੇ ਨੇ। ਦੇਖੋ, ਸੱਚਾ ਹਿੰਦੂ ਵੀਰ ਜਿਹੜਾ ਹੈਗਾ ਉਹ ਕਦੇ ਬਰਦਾਸ਼ਤ ਨਹੀਂ ਕਰੂਗਾ ਵੀ ਦਰਬਾਰ ਸਾਹਿਬ 'ਤੇ ਗੋਲੇ ਵੱਜਣ, ਟੈਂਕ ਚੜ੍ਹਨ, ਦਰਬਾਰ ਸਾਹਿਬ ਲਹੂ ਲੁਹਾਣ ਹੋਵੇ, ਬੱਚਿਆਂ ਬੀਬੀਆਂ ਦੀ ਬੇਇੱਜ਼ਤੀ ਕੀਤੀ ਜਾਵੇ, ਸਿੱਖਾਂ ਨੂੰ ਗਲਾਂ 'ਚ ਟੈਰ ਪਾ ਕੇ ਸਾੜਿਆ ਜਾਵੇ। ਉਹ ਦਰਬਾਰ ਸਾਹਿਬ ਦੀ ਘਟਨਾ ਤੋਂ ਬਾਅਦ ਕੋਈ ਵੀ ਸੱਚਾ ਜਿਹੜਾ ਧਰਮ ਨੂੰ ਮੰਨਣ ਵਾਲਾ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਈਸਾਈ, ਬੋਧੀ, ਜੈਨੀ, ਜਿਹੜਾ ਵੀ ਧਰਮੀ ਹੈ, ਅਤੇ ਜਿਹੜੇ ਇਹ ਲਫੰਗੇ ਲੋਕ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਗਾ, ਜਿਹੜੇ ਸਿਰਫ ਅਤੇ ਸਿਰਫ ਆਪ ਦੀ ਸੁਰੱਖਿਆ ਵਧਾਉਣ ਵਾਸਤੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਪੈਰੋਕਾਰ ਦੱਸਦੇ ਨੇ, ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ 6 ਜੂਨ ਨੂੰ ਅੱਤਵਾਦ ਦਾ ਪੁਤਲਾ ਫੂਕਾਂਗੇ, ਇਹ ਬਹੁਤ ਹੀ ਮੰਦਭਾਗੀ ਗੱਲ ਕਰ ਰਿਹਾ ਅਤੇ ਬਹੁਤ ਹੀ ਪੰਜਾਬ ਨੂੰ ਅੱਗ ਵਿੱਚ ਝੋਕਣ ਵਾਲੇ ਬਿਆਨ ਦੇ ਰਿਹਾ। ਅੱਜ ਸਾਡੀ ਸਰਕਾਰਾਂ ਨੂੰ ਇਹ ਅਪੀਲ ਆ ਕਿ ਹੁਣ ਇਹ ਵੇਖ ਲੈਣ, ਸਮਝ ਲੈਣ ਵੀ ਪਹਿਲ ਕੌਣ ਕਰ ਰਿਹਾ, ਕਿਉਂਕਿ ਹਰ ਵੇਰੀ ਸਿੱਖਾਂ ਦੇ ਉੱਤੇ ਹੀ, ਸਿੱਖ ਜਥੇਬੰਦੀਆਂ ਦੇ ਉੱਤੇ ਇਲਜ਼ਾਮ ਲਾਏ ਰਿਹਾ ਜਾ ਰਿਹਾ ਜੀ ਇਹ ਮਾਹੌਲ ਖਰਾਬ ਕਰਦੇ ਆ। ਦੱਸੋ, ਸਾਡਾ ਅਕਾਲ ਤਖ਼ਤ ਸਾਹਿਬ ਢਹਿ ਗਿਆ, ਦਰਬਾਰ ਸਾਹਿਬ 'ਤੇ ਗੋਲੀਆਂ ਲੱਗ ਗਈਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਲੀਆਂ ਵੱਜ ਗਈਆਂ, ਅਤੇ ਜੇ ਉਹ ਜਿਹੜੀ ਸਾਲਾਨਾ ਸ਼ਹਾਦਤ ਬਰਸੀ ਆਉਂਦੀ ਆ, ਜਿਹੜੇ ਜੁਝਾਰੂ ਸਿੰਘ ਅਤੇ ਜਿਹੜੀ ਸੰਗਤ ਸ਼ਹੀਦ ਹੋਈ ਆ, ਉਹਨਾਂ ਦਾ ਸ਼ਹੀਦੀ ਦਿਨ ਵੀ ਨਹੀਂ ਸਿੱਖ ਮਨਾ ਸਕਦੇ? ਇਹਨਾਂ ਨੂੰ ਕੀ ਨਫ਼ਰਤ ਆ? ਇਹ ਆਪਣਿਆਂ ਜਿਹੜੇ ਕੋਈ ਯੋਧੇ ਆ, ਕੋਈ ਜਿਹੜੇ ਇਹਨਾਂ ਦੇ ਧਰਮ ਲਈ ਕੋਈ ਗੱਲ ਕੀਤੀ ਆ, ਉਹ ਆਪਣਾ ਦਿਨ ਮਨਾਉਂਦੇ ਨੇ, ਅਸੀਂ ਕਦੇ ਰੋਕਿਆ? ਪਰ ਜੇ ਅੱਜ ਇਹ 33-34 ਸਾਲ ਬਾਅਦ ਵੀ ਨਫ਼ਰਤ ਦੀ ਅੱਗ ਲੈ ਕੇ ਕੁਝ ਲੋਕ ਜੀ ਰਹੇ ਆ ਅਤੇ ਖਰਾਬ ਕਰ ਰਿਹਾ ਪੰਜਾਬ ਦੇ ਮਾਹੌਲ ਨੂੰ, ਤਾਂ ਇਹ ਹਰਗਿਜ਼ ਬਰਦਾਸ਼ਤ ਨਹੀਂ ਹੋਣਾ। ਅਸੀਂ ਕਿਸੇ ਕੀਮਤ 'ਤੇ ਪੁਤਲਾ ਪਤਲਾ ਨਹੀਂ ਫੂਕਣ ਦੇਣਾ, ਸਿੱਖ ਜਥੇਬੰਦੀਆਂ, ਸਾਡੀ ਨੌਜਵਾਨਾਂ ਨੂੰ, ਵੀਰਾਂ ਨੂੰ ਵੀ, ਅਤੇ ਸਿੱਖ ਜਥੇਬੰਦੀਆਂ ਨੂੰ, ਸਾਰੀਆਂ ਨੂੰ ਬੇਨਤੀ ਆ ਵੀ ਇਕੱਤਰ ਹੋ ਕੇ ਸਾਡਾ ਮਕਸਦ ਤਾਂ ਦਰਬਾਰ ਸਾਹਿਬ ਜਾਣਾ ਆ। ਹਰ ਸਿੱਖ ਜਾਂਦਾ 6 ਜੂਨ ਨੂੰ ਜਾ ਕੇ ਅਰਦਾਸ ਵਿੱਚ ਸ਼ਾਮਿਲ ਹੁੰਦੇ ਆ, ਪਰ ਜੇ ਕੋਈ ਇਹੋ ਜਿਹੀ ਘਿਨਾਉਣੀ ਹਰਕਤ ਕਰਦੇ ਆ, ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਵੀ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ, ਫੜ ਕੇ ਗ੍ਰਿਫਤਾਰ ਕੀਤਾ ਜਾਵੇ, ਜੇਲ੍ਹ ਭੇਜਿਆ ਜਾਵੇ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਕੋਲ ਤਾਂ ਇਹੀ ਮੰਗ ਨਹੀਂ, ਸਾਡਾ ਹੱਕ ਆ। ਹੱਕ ਤੁਸੀਂ ਕੀ ਹੱਕ ਮੰਗਦੇ ਹੋ ਸਰਕਾਰ ਤੋਂ? ਸਰਕਾਰ ਨੂੰ ਚਾਹੀਦਾ ਵੀ ਜਿਹੜੇ ਇਹ ਫਿਰਕੂ ਲੋਕ ਜਿਹੜੇ ਅੱਤਵਾਦ ਕਹਿ ਰਹੇ ਨੇ, ਅੱਤਵਾਦੀ ਤਾਂ ਇਹ ਲੋਕ ਨੇ ਨਾ, ਸਿੱਖ ਉਸ ਦਿਨ ਅੱਤਵਾਦੀ ਸੀ, ਨਾ ਅੱਜ ਅੱਤਵਾਦੀ ਆ, ਇਹੋ ਜਿਹੇ ਲੋਕ ਅੱਤਵਾਦੀ ਉੱਦਣ ਸੀ, ਇਹਨਾਂ ਦਾ ਅੱਤਵਾਦ ਫੈਲਾਇਆ ਹੋਇਆ। ਇਹ ਆਪਣੇ ਆਪ ਨੂੰ ਕੰਟਰੋਲ ਕਰਨ, ਸਰਕਾਰ ਇਹਨਾਂ ਨੂੰ ਕੰਟਰੋਲ ਕਰੇ, ਵਰਨਾ ਇਹ ਲੋਕ ਚਾਹੁੰਦੇ ਨੇ ਕਿ ਜਿਹੜੇ ਪੰਜਾਬ ਵਿੱਚ ਅੱਜ ਅਮਨ ਅਮਾਨ ਦੀ ਜਿਹੜੀ ਸਥਿਤੀ ਆ ਉਹ ਇਹਨਾਂ ਨੂੰ ਚੰਗੀ ਨਹੀਂ ਲੱਗਦੀ, ਜਾਣ ਬੁੱਝ ਕੇ ਵਿਣਗੇ ਟੇਢੇ ਬਿਆਨ ਦੇ ਕੇ ਸਿੱਖ ਨੌਜਵਾਨੀ ਨੂੰ ਭੜਕਾ ਕੇ ਅੱਗੇ ਲਿਆ ਕੇ ਅੱਜ ਜਿਹੜੇ ਦੁਮਾਲੇ ਅਤੇ ਦਸਤਾਰਾਂ ਸਿਰਾਂ 'ਤੇ ਦਿਸਦੀਆਂ ਨੇ, ਇਹਨਾਂ ਨੂੰ ਨਾਗਵਾਰ ਹੈ, ਇਹ ਪੰਜਾਬ ਨੂੰ ਅੱਗ ਵਿੱਚ ਝੋਕਣਾ ਚਾਹੁੰਦੇ ਨੇ, ਇਹਨਾਂ ਨੂੰ ਸ਼ਾਂਤੀ ਚੰਗੀ ਨਹੀਂ ਲੱਗਦੀ। ਅਤੇ ਸਰਕਾਰਾਂ ਨੂੰ ਚਾਹੀਦਾ, ਪ੍ਰਸ਼ਾਸਨ ਨੂੰ ਚਾਹੀਦਾ ਵੀ ਆਪਦਾ ਫਰਜ਼ ਸਮਝਦੇ ਹੋਏ ਇਹਨਾਂ 'ਤੇ ਬਣਦੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ 'ਚ ਡੱਕਿਆ ਜਾਵੇ ਤਾਂ ਕਿ ਜਿਹੜਾ ਮਾਹੌਲ ਆ ਉਹ ਸ਼ਾਂਤ ਹੋ ਸਕੇ। ਤੁਹਾਨੂੰ ਪਤਾ ਪਿਛਲੇ ਸਾਲ ਬਿਆਸ ਪੁਲ ਦੇ ਉੱਤੇ ਕਿੱਡਾ ਵੱਡਾ ਨੌਜਵਾਨਾਂ ਦਾ ਹੜ੍ਹ ਆਇਆ ਸੀ, ਕੱਟ ਹੋਇਆ ਸੀ, ਅਤੇ ਫਿਰ ਸਰਕਾਰਾਂ ਨੇ ਸਾਡੇ ਵਰਗਿਆਂ ਨੂੰ ਘਰਾਂ 'ਚ ਰੋਕਿਆ, ਬੜੇ ਯਤਨ ਕੀਤੇ, ਪਰ ਫਿਰ ਵੀ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਹੁੰਚਿਆ ਸੀਗਾ। ਅਤੇ ਜੇ ਇੱਦਾਂ ਹੀ ਨਾ ਇਹਨਾਂ ਨੇ ਕੀਤਾ, ਅੱਜ ਵੀ ਸਿੱਖ ਨੌਜਵਾਨਾਂ ਨੇ ਉੱਥੇ ਪਹੁੰਚਣਾ, ਇਹ ਵੀ ਇਕੱਠੇ ਹੋਣਗੇ, ਅਤੇ ਆਪਣੇ ਆਪ ਹੀ ਟਕਰਾਅ ਹੋ ਜਾਣਾ। ਅਤੇ ਜੇ ਇਹਨਾਂ ਨੇ ਟਕਰਾਅ ਦੀ ਸਥਿਤੀ ਨੂੰ ਬਚਾਉਣਾ, ਕਿਉਂਕਿ ਸਿੱਖ ਜਥੇਬੰਦੀ ਵੱਲੋਂ ਇੱਕ ਸਿੱਖ ਵੱਲੋਂ ਵੀ ਕਿਸੇ ਵੱਲੋਂ ਨਾ ਕਿਸੇ ਸਿੱਖ ਜਥੇਬੰਦੀ ਵੱਲੋਂ ਨਾ ਕਿਸੇ
सिख वालों अज तक कोई यहोजा बयान नहीं दिता गया, ना कोई यहोजी गल की गई आ, पहल इन्होंने की आ। इस करके सरकार नूं चाहिए भी जिहड़ी यह गलत शब्दावली वरत के पंजाब की शांति भंग करना चाहते इन्हां ते सख्त कार्रवाई करे, वरना फिर मजबूरन सिखां नूं खुद करना पएगा। जे खुद करना पएगा तो फिर अपने आप ही जिहड़ा उह झगड़ा दा कारण बनना आ। उदू पहला ही सरकार स्थिति नूं संभाले। वाहिगुरू जी का खालसा, वाहिगुरू जी की फतह।